ਧੁੰਦ ਦੇ ਵਿੱਚ ਤੁਸੀਂ ਟਰੈਵਲਿੰਗ ਤਾਂ ਅਵੋਇਡ ਨਹੀਂ ਕਰ ਸਕਦੇ ਕਿਉਂਕਿ ਆਪਾਂ ਜੀਵਨ ਨਹੀਂ ਰੋਕ ਸਕਦੇ, ਗੱਡੀਆਂ 'ਤੇ ਆਉਣਾ ਜਾਣਾ ਪੈਣਾ ਹੀ ਆ ਸਾਨੂੰ। ਉਹਦੇ ਵਿੱਚ ਕੋਈ ਪੰਜ ਛੇ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ ਜਿਹਦੇ ਨਾਲ ਆਪਾਂ ਧੁੰਦ 'ਚ ਵੀ ਜਿਹੜੀ ਆ ਡਰਾਈਵਿੰਗ ਬਿਲਕੁਲ ਸੇਫ ਤਰੀਕੇ ਨਾਲ ਕਰ ਸਕਦੇ ਹਾਂ। ਸਭ ਤੋਂ ਪਹਿਲੀ ਚੀਜ਼, ਬੀਂਗ ਅ ਰਿਸਪੋਂਸੀਬਲ ਡਰਾਈਵਰ, ਸਾਨੂੰ ਇਹ ਚੈੱਕ ਕਰਨਾ ਚਾਹੀਦਾ ਸਾਡੀ ਗੱਡੀ ਦੀਆਂ ਹੈੱਡ ਲੈਂਪਸ, ਪਿਛਲੀਆਂ ਟੇਲ ਲੈਂਪਸ ਔਰ ਫੋਗ ਲੈਂਪਸ, ਇਹ ਸਾਰੇ ਵਰਕਿੰਗ ਕੰਡੀਸ਼ਨ 'ਚ ਹੋਣੇ ਚਾਹੀਦੇ ਆ। ਦੂਸਰੀ ਚੀਜ਼, ਧੁੰਦ ਦੇ ਵਿੱਚ ਸਾਨੂੰ ਜਿਹੜੀ ਟੈਂਪਰੇਚਰ, ਗੱਡੀ ਦੇ ਅੰਦਰ ਟੈਂਪਰੇਚਰ, ਉਹ ਹੀਟ ਨਹੀਂ ਕਰਨੀ ਕਦੀ ਵੀ। ਜਦ ਹੀਟ ਕਰਦੇ ਹਾਂ ਭਾਫ਼ ਜੰਮ ਜਾਂਦੀ ਹੈ, ਉਹਨੂੰ 22 ਦੇ ਟੈਂਪਰੇਚਰ ਨੂੰ ਰੱਖ ਕੇ ਵਿੰਡਸ਼ੀਲਡ ਨੂੰ ਤੁਸੀਂ ਹਵਾ ਮਾਰੋ। ਔਰ ਕੋਸ਼ਿਸ਼ ਜੇ ਕਰ ਸਕਦੇ ਹੋ, ਜੇ ਏ ਸੀ ਨਹੀਂ ਚਲਾਉਣਾ ਤਾਂ ਥੋੜ੍ਹੇ ਥੋੜ੍ਹੇ ਇੰਨੇ ਇੰਨੇ ਸ਼ੀਸ਼ੇ ਆਪਾਂ ਜੇ ਖੋਲ੍ਹ ਲਈਏ ਤਾਂ ਅੰਦਰ ਗਰਮੈਸ਼ ਨਹੀਂ ਹੁੰਦੀ, ਨਾ ਠੰਡ ਹੋਊਗੀ, ਉਹਦੇ ਨਾਲ ਉਹ ਭਾਫ਼ ਨਹੀਂ ਜੰਮੇਗੀ। ਤੀਸਰੀ ਚੀਜ਼ ਹੈ ਕਿ ਮੋਰਗੀ ਗੱਡੀ ਤੋਂ ਇੰਨਾ ਕੁ ਡਿਸਟੈਂਸ ਜ਼ਰੂਰ ਬਣਾ ਕੇ ਰੱਖੋਗੇ, ਜੇ ਅਚਨਚੇਤ ਮੋਰਗੀ ਗੱਡੀ ਤੁਹਾਡੀ ਬ੍ਰੇਕ ਮਾਰਦੀ ਹੈ, ਤੁਸੀਂ ਇੱਕ ਕੰਫਰਟੇਬਲ ਡਿਸਟੈਂਸ ਦੇ ਨਾਲ ਬ੍ਰੇਕ ਮਾਰ ਸਕੋ। ਔਰ ਇੰਨਾ ਜ਼ਿਆਦਾ ਗੈਪ ਬਣਾ ਕੇ ਰੱਖੋ ਕਿ ਤੁਹਾਨੂੰ ਉਹਦੀਆਂ ਰੈੱਡ ਲਾਈਟ, ਜਿਹੜੀ ਉਹਦੀ ਟੇਲ ਲਾਈਟ ਆ, ਉਹ ਦਿਖਦੀ ਰਹੇ। ਸਪੀਡ ਨੂੰ 60 ਤੋਂ ਉੱਤੇ ਨਾ ਲੈ ਕੇ ਜਾਓ ਧੁੰਦ ਦੇ ਵਿੱਚ, ਡੇ ਦੇ ਵਿੱਚ 60 ਔਰ ਸ਼ਾਮ ਦੀ ਜਿਹੜੀ ਰਾਤ ਦੀ ਧੁੰਦ ਉਹ 'ਚ 40 'ਤੇ ਸਪੀਡ ਰੱਖਾਂਗੇ ਤਾਂ ਆਪਾਂ ਸੇਫ ਰਹਾਂਗੇ। ਔਰ ਸਭ ਤੋਂ ਇੱਕ ਇੰਪੋਰਟੈਂਟ ਚੀਜ਼ ਜਿਹੜੀ ਇਹਦੇ 'ਚ ਆਉਂਦੀ ਹੈ, ਸੀਟ ਬੈਲਟ। ਅਸੀਂ ਚਲਾਉਣ ਤੋਂ ਡਰਦੇ, ਕਈ ਵਾਰ ਫਰੰਟ ਸੀਟ 'ਤੇ ਸੀਟ ਬੈਲਟਾਂ ਤਾਂ ਲਾ ਲੈਂਦੇ ਹੈਗੇ ਹਾਂ, ਬਟ ਪਿਛਲੀਆਂ ਸੀਟਾਂ 'ਤੇ ਛੱਡ ਦਿੰਦੇ ਹਾਂ। ਰੀਸੈਂਟਲੀ ਹੁਸ਼ਿਆਰਪੁਰ 'ਚ ਇੱਕ ਐਕਸੀਡੈਂਟ ਹੋਇਆ ਜਿੱਥੇ ਇੱਕ ਜਵਾਨ ਲੜਕੇ ਨੇ ਜਾਨ ਗਵਾਈ ਆਪਣੀ, ਔਰ ਉਹ ਬੱਚਾ ਪਿਛਲੀ ਸੀਟ 'ਤੇ ਹੀ ਬੈਠਾ ਸੀ। ਸੋ ਇੱਕ ਹੈਬਿਟ ਬਣਾਈਏ ਜੀ, ਆਪਾਂ ਪਿਛਲੀ ਸੀਟ ਦੇ ਉੱਤੇ ਵੀ ਸੀਟ ਬੈਲਟ ਲਾ ਕੇ ਬੈਠੀਏ। ਦੇਖੋ, ਮੈਂ ਪਿਛਲੇ 10 ਸਾਲ ਤੋਂ ਇਸ ਹੈਬਿਟ ਨੂੰ ਅਪਣਾਇਆ ਹੈ, ਉਹਦਾ ਇੱਕ ਬੜਾ ਅੱਛਾ ਬੈਨੀਫਿਟ ਇਹ ਹੁੰਦਾ ਆ, ਜਦ ਤੁਸੀਂ ਸੀਟ ਬੈਲਟ ਲਾ ਕੇ ਬੈਠਦੇ ਹੋ ਤਾਂ ਤੁਹਾਡੀ ਬੋਡੀ ਜ਼ਿਆਦਾ ਹਿਲਦੀ ਨਹੀਂ ਗੱਡੀ ਦੇ ਵਿੱਚ, ਤਾਂ ਤੁਹਾਨੂੰ ਟਾਇਰਡਨੈਸ ਘੱਟ ਹੁੰਦੀ ਹੈ, ਤੁਸੀਂ ਥਕਾਨ ਘੱਟ ਹੁੰਦੀ ਹੈ, ਟਰੈਵਲ ਦੇ ਵਿੱਚ ਤੁਹਾਨੂੰ ਥਕਾਨ ਨਹੀਂ ਹੁੰਦੀ ਹੈਗੀ। ਕੋਈ ਐਡਾ ਔਖਾ ਕੰਮ ਨਹੀਂ ਹੈ ਜੀ, ਸੀਟ ਬੈਲਟ ਲਾ ਕੇ ਬੈਠੂਗੇ, ਆਪਾਂ ਪੈਂਟਾਂ ਨੂੰ ਵੀ ਬੈਲਟ ਲਾਈ ਆ, ਕੋਈ ਐਡੀ ਘੁੱਟ ਨਹੀਂ ਹੁੰਦੀ, ਐਵੇਂ ਇੱਕ ਮਨ ਦਾ ਵਹਿਮ ਆ ਗਿਆ ਜੀ, ਉਹ ਘੁੱਟ ਹੋਣ ਲੱਗ ਪਈ। ਜਨਾਨੀਆਂ ਜੇ ਸਲਵਾਰ ਪਾਉਂਦੀਆਂ, ਉਹਦਾ ਨਾੜਾ ਵੀ ਕੱਸ ਕੇ ਬੰਨਦੀਆਂ, ਕੋਈ ਘੁੱਟ ਨਹੀਂ ਹੁੰਦੀ, ਇੱਕ ਮਨ ਦੇ ਵਹਿਮ ਹੈ ਸਾਡੇ, ਕਿਉਂਕਿ ਸਾਨੂੰ ਪਤਾ ਨਹੀਂ ਇੱਦਾਂ ਲੱਗਦਾ ਕਿ ਸੀਟ ਬੈਲਟ ਨਾ ਲਾ ਕੇ ਸ਼ਾਇਦ ਕੋਈ ਵਿਸ਼ਾ ਆ ਗਈ ਹੈ, ਬਟ ਸੀਟ ਬੈਲਟ ਲਾਉਣ 'ਚ ਹੀ ਸਮਝ ਆ ਗਈ ਹੈ। ਅਗਲੀ ਸੀਟਾਂ, ਪਿਛਲੀਆਂ ਸੀਟਾਂ, ਜਿੱਥੇ ਵੀ ਤੁਸੀਂ ਬੈਠੇ ਹੋ ਗੱਡੀ 'ਚ, ਸੀਟ ਬੈਲਟ ਜ਼ਰੂਰ ਲਗਾਓ। ਔਰ ਰਿਕੁਐਸਟ ਹੈ ਕਿ ਦਿਨ ਦੇ ਟਾਈਮ 'ਚ 60 ਤੋਂ ਜ਼ਿਆਦਾ ਸਪੀਡ ਨਾ ਕਰੋ, ਔਰ ਸ਼ਾਮ ਦੀ ਧੁੰਦ 'ਚ 40 ਤੋਂ ਉੱਤੇ ਸਪੀਡ ਨਾ ਵਟਾਓ। ਹਾਰਡਲੀ 15-20 ਮਿੰਟ ਦਾ ਫਰਕ ਪੈਂਦਾ ਕਿਤੇ ਵੀ ਪਹੁੰਚਣ 'ਚ, ਪਰ ਉਹਦੇ ਨਾਲ ਕੀ ਹੈ ਕਿ ਤੁਹਾਡੀ ਜ਼ਿੰਦਗੀ ਜਿਹੜੀ ਉਹ ਸੇਫ ਰਹੇਗੀ, ਔਰ ਤੁਸੀਂ ਧੁੰਦ 'ਚ ਵੀ ਸੇਫਲੀ ਆਪਣੇ ਘਰ ਪਹੁੰਚ ਜਾਓਗੇ।